ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਬਾਦਦੇ ਹਾਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਤੋਂ ਕਸੋਲੀ ਘੁੰਮਣ ਗਏ ਤਿੰਨ ਦੋਸਤਾਂ ਦੇ ਨਾਲ ਵਾਪਰਿਆ ਵੱਡਾ ਹਾਦਸਾ ਯਾਨ ਦੋਸਤੋ ਰਾਏਪੁਰਾ ਪੰਜਾਬ ਤੋਂ ਕਸੋਲੀ ਘੁੰਮਣ ਦੇ ਲਈ ਤਿੰਨ ਦੋਸਤਾਂ ਧਰਮਪੁਰ ਤੋਂ ਕਸੌਲੇ ਬਾਲ ਨੂੰ ਆ ਰਹੇ ਸਨ ਜਿਵੇਂ ਹੀ ਗੱਡੀ ਮੋਤੀ ਕਾਰਨਰ ਨੇੜੇ ਪਹੁੰਚੇ ਤਾਂ ਡਰਾਈਵਰ ਕੰਟਰੋਲ ਗਵਾ ਬਿਠਾਤੇ ਖੱਟ ਦੇ ਵਿੱਚ ਗੱਡੀ ਡੱਗ ਗਈ ਤੇ ਇਹ ਗੱਡੀ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਦੇ ਵਿੱਚ ਰੁਕਿਆ ਤੇ ਇਸ ਵਿੱਚ ਤਿੰਨ ਵਿਅਕਤੀ ਸਵਾਰ ਸਨ ਤੇ ਹਾਦਸੇ ਦੇ ਵਿੱਚ ਦਿਨੇਸ਼ ਦੀ ਮੌਤ ਹੋ ਗਈ। ਕਾਰ ਚਲਾ ਰਿਹਾ ਦੂਸਰਾ ਵਿਅਕਤੀ ਲਖਸ਼ੇ ਅਤੇ ਤੀਜਾ ਵਿਅਕਤੀ ਮੋਟੋ ਗੰਭੀਰਾ ਰੂਪ ਦੇ ਵਿੱਚ ਜਖਮੇ ਹਾਂ ਤੇ ਦੋਵੇਂ ਜਖਮੇ ਸੂਲਨਾ ਹਸਪਤਾਲ ਦੇ ਵਿੱਚ ਜੇਰੇ ਲਾਏ ਹਾਂ ਤੇ ਇਸ ਘਟਨਾ ਦੀ ਪੁਸ਼ਟੀ ਐਸਆਈ ਕਸੋਲੀ ਬਲਵੀਰ ਸਿੰਘ ਨੇ ਕੀਤੀ ਹੈ। ਅਗਲੀ ਵੱਡੀ ਖਬਰ ਲੰਡਨ ਆ ਪਹੁੰਚੀ ਐਨਆਈਏ ਦੀ ਟੀਮ ਭਾਰਤੀ ਦੂਤਾਵਾਸ 'ਤੇ ਹੋਏ ਹਮਲੇ ਦੀ ਕਰੇਗੀ ਜਾਂਚ। ਜੀ ਹਾਂ ਦੋਸਤੋ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਨਆਈਏ ਲੰਡਨ ਆ ਯੂਕੇ ਦੇ ਵਿੱਚ ਭਾਰਤੀ ਦੂਤਾਵਾਸ ਦੇ ਵਿੱਚ ਖਾਲਸਤਾਨੀ ਸਮਰਥਕਾਂ ਦੇ ਵੱਲੋਂ ਕੀਤੀ ਗਈ ਗੜਬੜੀ ਦੀ ਜਾਂਚ ਕਾਰੀਆ ਤੇ ਐਨਆਈ ਦੀ ਇੱਕ ਟੀਮ ਇਸ ਮਾਮਲੇ ਦੀ ਜਾਂਚ ਦੇ ਲਈ ਲੰਡਨ ਪਹੁੰਚ ਗਿਆ ਤੇ ਟੀਮ ਦੇ ਵਿੱਚ ਪੰਜ ਅਧਿਕਾਰੀ ਹਾਂ ਤੇ ਖਾਲਿਸਤਾਨ ਸਮਰਥਕ ਅਮਰਤਪਾਲ ਸਿੰਘ ਤੇ ਪੰਜਾਬ ਪੁਲਿਸ ਦੇ ਕਾਰਵਾਈ ਦੇ ਦਰਮਿਆਨ ਲੰਡਨ ਦੇ ਵਿੱਚ ਉਹਨਾਂ ਦੇ ਸਮਰਥਕਾਂ ਨੇ ਹੰਗਾਮਾ ਕਰ ਦਿੱਤਾ ਤੇ ਅਮਰਤਪਾਲ ਦੇ ਸਮਰਥਕਾਂ ਨੇ ਹਾਈ ਕਮਿਸ਼ਨ ਦਾ ਦਫ਼ਤਰ ਦੇ ਵਿੱਚ ਤਰੰਗੇ ਦਾ અપਮਾਨ ਕੀਤਾ ਪੀਐਮ ਮੋਦੀ ਨੇ ਰਿਸ਼ੀ ਸੋਨਕ ਨੂੰ ਕਹਤੇ ਸੀ ਅਪੀਲ ਖਾਲਸਤਾਨੀ ਸਮਰਥਕਾਂ ਨੇ ਤਿਰੰਗਾ ਉਤਾਰ ਕੇ ਉਥੇ ਖਾਲਸਤਾਨੀ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਤੇ ਇਹ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13 April ਨੂੰ ਬ੍ਰਿਟੇਸ਼ ਪ੍ਰਧਾਨ ਮੰਤਰੀ ਰਿਸ਼ੀ ਸੋਨਕ ਦੇ ਨਾਲ ਗੱਲਬਾਤ ਦੇ ਦੌਰਾਨ ਉਠਾਇਆ ਸੀ ਪੀਐਮ ਮੋਦੀ ਨੇ ਸੋਨਕ ਨੂੰ ਭਾਰਤੀ ਵਿਰੋਧੀ ਅੰਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਸੋਨਕ ਨੇ ਵੀ ਇਸ ਨਾਲ ਸਹਿਮਤੀ ਪ੍ਰਗਟਾਈ ਅਤੇ ਇਸ ਦੇ ਲਈ ਪੂਰੇ ਤਰ੍ਹਾਂ ਦੇ ਨਾਲ ਆ ਸਭੀ ਕਾਰਯੋਗਾਂ ਕਿਹਾ ਉਹ ਹਾਈ ਕਮਿਸ਼ਨ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਲਈ ਸਹਿਮਤ ਹੋ ਗਿਆ ਸੀ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਤੇ ਘੰਟਾ ਵਾਲੇ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹਣ ਮਜੀਠਿਆ ਦੇ ਬਾਰੇ ਆਈਜੀ ਮੁਖਵਿੰਦਰ ਸ਼ੀਨਾ ਨੂੰ ਜਮੇਵਾਰੀ ਸੌਂਪਣਾ ਮਗਰੋਂ ਪੜਕੇ ਅਕਾਲੀ ਲੀਡਰ ਤਾਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਵਿਕਰਮਾ ਮਜੀਠੀਆ ਦੇ ਉੱਪਰ ਸਿਕੰਜਾ ਕੱਸਿਆ ਜਾਣ ਲੱਗਾ ਹੈ ਤੇ ਪੰਜਾਬ ਸਰਕਾਰ ਨਸ਼ਾ ਤਸਕਰੀ ਦੇ ਕੇਸ ਦੇ ਜਲਦ ਤੋਂ ਜਲਦ ਜਾਂਚ ਮੁਕੰਮਲ ਕਰਨ ਦੇ ਰੂਹ ਦੇ ਵਿੱਚ ਹੈ ਤੇ ਇਸ ਮਾਮਲੇ ਦੀ ਪੜਤਾਲ ਕਰੀ ਵਿਸ਼ੇਸ਼ ਜਾਂਚ ਟੀਮ ਦਾ ਮੁਖੀ ਪਟਿਆਲਾ ਜੂਨ ਦੇ ਆਈਜੀ ਮਖਵਿੰਦਰ ਸਿੰਘ ਅਸ਼ੀਨਾ ਨੂੰ ਲਾਇਗਿਆ ਤੇ ਇਸ ਲਈ ਮਜੀਠਿਆ ਨੇ ਪੰਜਾਬ ਸਰਕਾਰ ਦੇ ਵੱਲੋਂ ਗੱਠਾ ਤੱਕ ਕੀਤੀ ਨਵੇਂ ਐਸਆਈਟੀ ਤੇ ਸਵਾਲ ਖੜੇ ਕੀਤੇ ਹਨ ਤੇ ਮਜੀਠਿਆ ਨੇ ਦੋਸ਼ ਲਾਇਆ ਕਿ ਆਈਜੀ ਮਖਵਿੰਦਰ ਸਿੰਘ ਅਸ਼ੀਨਾ ਨੂੰ ਸੈਟ ਦਾ ਨਵਾਂ ਮੁਖੀ ਲਾਉਣ ਦੇ ਲਈ ਸੌਦਾ ਹੋਇਆ ਤੇ ਆਈਜੀ ਸ਼ੀਨਾ ਨੂੰ ਐਸਆਈਟੀ ਮੁਖੀ ਸਰਪ ਇਸ ਕਰਕੇ ਲਗਾਇਆ ਗਿਆ ਹੈ ਤਾਂ ਕਿ ਪਿਛਲੀ ਕਾਂਗਰਸ ਸਰਕਾਰ ਦੇ ਵੱਲੋਂ ਉਹਨਾਂ ਖਿਲਾਫ ਦਰਜ ਕੀਤੇ ਝੂਠੇ NDPS ਐਕਟ ਕੇਸ ਵਿੱਚ ਮਨਮਰਜ਼ੀ ਦੇ ਦੋਸ਼ ਲਗਾਉਣ ਵਾਲੀ ਚਾਰਜ ਸ਼ੀਟਾਂ ਧਾਇਰ ਕੀਤੇ ਜਾ ਸਕੇ। ਅਗਲੀ ਖਬਰ ਨਾਥਾਣਾ ਪੁੱਚੋ ਮੌਖਾ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਨੌਜਵਾਨ ਦੀ ਮੌਤ। ਯਾਨੀ ਦੋਸਤੋ ਨਾਥਾਣਾ ਪੁੱਚੋ ਮਾਰਗ ਤੇ ਪਿੰਡ ਪੂਲਾ ਨੇੜੇ ਵਾਪਰੇ ਵੱਡੇ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰੂ ਵਿੱਚ ਜ਼ਖਮੀ ਹੋ ਗਿਆ ਤੇ ਜਾਣਕਾਰ ਦੇ ਅਨੁਸਾਰ ਅਕਤ ਨੌਜਵਾਨ ਆਪਣੇ ਰਹਿਤੇਦਾਰ ਨੂੰ Honda City ਕਾਰ ਦੇ ਵਿੱਚ ਬਠਿੰਡਾ ਰੇਲਵੇ ਸਟੇਸ਼ਨ ਤੇ ਛੱਡ ਕੇ ਵਾਪਸ ਆ ਰਿਹਾ ਸੀ ਐਸਾ ਦੌਰਾਨ ਅਚਾਨਕ ਹਦਕਾਰ ਬਕਾਬੂ ਹੋ ਕੇ ਸ਼ੜਕ ਕਿਨਾਰੇ ਦਰਖਤ ਦੇ ਨਾਲ ਜਾ ਟਕਰਾ ਗਈ ਐਸੇ ਦੌਰਾਨ ਨੌਇਬਾਨ ਸੂਨੂ 24 ਸਾਲਾਂ ਬਸੇ ਨਥਾਣਾ ਦੀ ਮੌਤ ਹੋ ਗਈ ਜਦਕਿ ਦੂਜਾ ਨੌਇਬਾਨ ਰਾਜੂ ਸਿੰਘਾ ਬਸੇ ਨਥਾਣਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜੋ ਕਿ ਸਰਕਾਰੀ ਹਸਪਤਾਲ ਨਥਾਣਾ ਵਿਖੇ ਜੇਰੇ ਇਲਾਜ ਹੈ ਜੱਗੂ ਭਗਵਾਨਪੁਰਿਆ ਦੇ ਅੰਮ੍ਰਿਤਸਰ ਕੋਰਟ ਦੇ ਬੇਚ ਹੋਈ ਪੇਸ਼ 29 ਮਈ ਤੱਕ ਦਾ ਮਿਲਿਆ ਪੁਲਿਸ ਰਿਮਾਂਡ ਮੂਸਬਲਾ ਕਤਲ ਕਾਂਡ ਦੇ ਮੌਕਾ ਦੋਸ਼ੀ ਜੱਗੂ ਭਗਵਾਨ ਪੁਰੀਆ ਨੂੰ ਅੰਮ੍ਰਿਤਸਰ ਡੈਸ਼ਟੈਕਾ ਕੋਰਟ ਦੇ ਵਿੱਚ ਆਪੇਸ਼ ਕੀਤਾ ਗਿਆ ਕੋਰਟ ਵਿਚ ਸੁਣਵਾਈ ਦੇ ਬਾਅਦ ਗੈਂਗਸਟਰ ਜੱਗੂ ਨੂੰ ਸੱਤ ਦਿਨਾਂ ਦੀ ਸਟੇਟ ਸਪੈਸ਼ਲ ਆਪਰੇਸ਼ਨਾਂ 셀 ਦੇ سپਰਦ ਕਰ ਦਿੱਤਾ ਗਿਆ ਹੈ ਹੁਣ ਅਗਲੇ 7 ਦਿਨ ਪੁਲਿਸ ਜੱਗੂ ਤੋਂ ਇੱਕ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਪੁੱਛਗਿੱਛ ਕਰੇਗੀ ਕੇਜਰੀਵਾਲ ਅਤੇ ਭਗਵਾਨਤਮਨ ਆ ਜਮਮਤਾ ਬੈਨਰਜੀ ਅਤੇ ਉਦਵਾ ਠਾਕਰੇ ਦੇ ਨਾਲ ਕਰਨਗੇ ਮੁਲਾਕਾਤ ਕੇਜਰੀਬਾਲ ਅਤੇ ਭਗਵਾਨ ਤਮਾਨ ਮੁੱਖ ਮੰਤਰੀ ਪੰਜਾਬ ਅਰਵਿੰਦ ਕੇਜਰੀਬਾਲ ਮੁੱਖ ਮੰਤਰੀ ਦਿੱਲੀ ਜੋ ਕਿ ਅੱਜ ਕੋਲਕਾਤਾ ਦੇ ਵਿੱਚ ਆ ਪਾਚਵੀਂ ਮੰਗਾਲ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਦੇ ਨਾਲ ਮੁਲਾਕਾਤ ਕਰਨਗੇ ਤੇ ਇਸ ਉਪਰੰਤ ਮੁੰਬਈ ਦਾਲੇ ਰਵਾਨਾ ਹੋਣਗੇ ਤੇ ਮੁੰਬਈ ਦੇ ਵਿੱਚ ਉਧਵਾ ਠਾਕਰੇ ਦੇ ਨਾਲ ਮੁਲਾਕਾਤ ਕਰਨਗੇ ਤੇ ਇਨ੍ਹਾਂ ਮੀਟਿੰਗਾਂ ਦੇ ਵਿੱਚ ਉਹ ਰਾਜ ਸਭਾ ਦੇ ਵਿੱਚ ਦਿੱਲੀ ਬਾਰੇ ਜਾਰੀ ਆਰਡੀਨੈਂਸ ਦਾ ਬੈਲ ਰੁਕਣ ਦੇ ਲਈ ਸਮਰਥਨ ਮੰਗਣਗੇ ਨੋਟ ਬੰਦੀ ਦੇ ਸਮੇ 2000 ਰੁਪਏ ਦੇ ਨੋਟ ਦੇ ਹੱਕ ਵਿੱਚ ਨਹੀਂ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਜਬੂਰੀ ਵਿੱਚ ਦਿੱਤੀ ਸੀ ਮਨਜ਼ੂਰੀ ਕੇਂਦਰ ਸਰਕਾਰ ਨੇ 2000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਤੇ ਹਧਰਾਨ RBI ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਬੈਂਕਾਂ ਦੇ ਵਿੱਚ ਜਾ ਕੇ 30 ਸਤੰਬਰ ਤੱਕ ਰੱਖੇ ਨੋਟਾਂ ਨੂੰ ਬਦਲ ਸਕਦੇ ਹਨ ਤੇ ਇਸ ਦੌਰਾਨ ਸਾਫ ਕਾ ਪਰਮੋਖਸ ਕਤਰਦਾ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੋਟਬੰਦੀ ਦੇ ਦਰਾਂ 2000 ਰੁਪਏ ਦੇ ਨੋਟ ਦੇ ਹੱਕ ਵਿੱਚ ਬਿਲਕੁਲ ਵੀ ਨਹੀਂ ਸਨ ਪਰ ਉਹਨਾਂ ਨੂੰ ਨੋਟਬੰਦੀ ਦੇ ਤਹਿ ਸਮਾਸੀਮਾ ਕਾਨ ਐਸ ਨੂੰ ਮਨਜ਼ੂਰੀ ਦੇਣੀ ਪਈ ਸੀ। ਅਗਲੀ ਖਬਰ ਖੁਸ਼ਖਬਰੀ ਡਾਕ ਵਿਭਾਗ ਦੇ ਵਿੱਚ ਜੀ ਡੀ ਐਸ ਸਦਿਆਂ 12828 ਅਸਾਮੀਆਂ ਦੇ ਲਈ ਭਰਤੀ ਪ੍ਰਕਿਰਿਆ ਸ਼ੁਰੂ। ਇਹਨਾਂ ਉਮੀਦਵਾਰਾਂ ਨੂੰ ਫੀਸ ਤੋਂ ਛੂਟ डाक विभाग ਦੇ ਵਿੱਚ ਗ੍ਰਾਮੀਣ ਡਾਕ ਸੇਵਕ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਉਡੀਕ ਕਰ ਰਹੇ ਉਮੀਦਵਾਰਾਂ ਲਈ ਖੁਸ਼ਖਬਰੀ ਹੈ ਸ਼ਨੀਵਾਰ 22 ਮਈ ਨੂੰ ਗ੍ਰਾਮੀਣ ਡਾਕ ਸੇਵਕ ਆਨਲਾਈਨ ਐਗਜ਼ਾਈਟਮੈਂਟ ਸਪੈਸ਼ਲ ਸਾਈਕਲ ਮਈ 2023 ਦੀ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਡਾਕ ਵਿਭਾਗ ਨੇ ਸੋਮਵਾਰ 22 ਮਈ ਤੋਂ ਇਸ਼ਤਿਹਾਰੀ 12828 ਅਸਾਮੀਆਂ ਦੇ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਮੀਦਵਾਰ ਜੀਡੀਐਸ ਭਾਰਤੀ ਪੋਰਟਲ ਇੰਡੀਆ ਪੋਸਟ ਜੀਡੀਐਸ ਆਨਲਾਈਨ .gov.in ਤੇ ਨਰਧਾਰਤ ਆਖਰੀ ਮਿਤੀ 11 ਜੂਨ 2023 ਤੱਕ ਅਪਲਾਈ ਕਰ ਸਕਦੇ ਹਨ ਅਗਲੀ ਖਬਰ 2 ਕਰੋੜ ਦੇ ਹਥਿਆਰਾਂ ਦੇ ਹਤਿਆਰ ਦੇ ਨਾਲ ਕੀਤਾ ਸੀ ਮੂਸੇਬਾਲਾ ਦਾ ਕਤਲ ਲਾਰੈਂਸ ਬਿਸ਼ਨੂਇਨ ਦੱਸਿਆ ਕਿਸ ਨੇ ਖਰੀਦੀ ਸੀ AK47 NIA ਦੀ ਪੁੱਛਗਛ ਦੇ ਵਿੱਚ ਕੀਤੇ ਵੱਡੇ ਖੁਲਾਸੇ ਮੂਸੇਬਾਲਾ ਦੇ ਕਤਲ ਮਾਮਲੇ ਦੇ ਵਿੱਚ ਲਾਰੈਂਸ ਅਬਸ਼नोई ਗੈਂਗਸਟਰ ਨੇ ਵੱਡੇ ਖੁਲਾਸੇ ਕੀਤੇ ਹਨ ਤੇ ਇਹ ਖੁਲਾਸੇ ਰਾਸ਼ਟਰੀ ਜਾਂਚ ਏਜੰਸੀ ਦੇ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਕੀਤੇ ਗਏ ਤੇ ਦੌਰਾਨ ਲਾਰੈਂਸ ਨੇ ਕਈ ਸਾਂਸਨੀਖੇਜ ਖੁਲਾਸੇ ਕੀਤੇ ਹਨ ਤੇ ਲਾਰੈਂਸ ਨੇ ਦੱਸਿਆ ਕਿ ਉਸਨੇ ਪਹਿਲਾਂ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਇਸ ਤੋਂ ਇਲਾਵਾ ਲਾਰੈਂਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਸਨੇ ਗੋਲਡੀ ਬਰਾੜ ਨੂੰ 50 ਲੱਖ ਰੁਪਏ ਭੇਜੇ ਸਨ ਪੁੱਛਗਿੱਛ ਦੌਰਾਨ ਲਾਰੈਂਸ ਨੇ NIA ਅਧਿਕਾਰੀਆਂ ਦੇ ਸਾਹਮਣੇ ਦਾਅਵਾ ਕੀਤਾ ਹੈ ਕਿ ਉਹ ਵਿੱਕੀ ਮਿੱਡੂ ਖੇੜਾ ਦੇ ਕਤਲ ਤੋਂ ਨਾਰਾਜ਼ ਸੀ ਲਾਰੈਂਸ ਨੇ ਦੱਸਿਆ ਹੈ ਕਿ ਅਕਤੂਬਰ ਸਤੰਬਰ 2021 ਦੇ ਵਿੱਚ ਹੀ ਉਸਨੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਲਈ ਸਾਰੂਖ ਡੈਨੀਅ ਅਤੇ ਅਮਨ ਨਾਮ ਦੇ ਤਿੰਨ ਸ਼ਾਰਪ ਸ਼ੂਟਰਾਂ ਨੂੰ ਆਪਣੇ ਪਿੰਡ ਭੇਜਿਆ ਸੀ ਪਰ ਗੋਲੇ ਚਲਾਉਣ ਵਾਲਿਆਂ ਨੇ ਲਾਰੈਂਸ ਨੂੰ ਕਿਹਾ ਕਿ ਸਿੱਧੂ ਨੂੰ ਮਾਰਨ ਦੇ ਲਈ ਹੋਰਾਂ ਲੋਕਾਂ ਦੇ ਲੋੜ ਪਵੇਗੇ ਤੇ ਇਹਦੇ ਲਈ ਉਹਨਾਂ ਨੇ ਇੰਨੇ ਵੱਡੀ ਰਕਮ ਪੈਸੇ ਦਾ ਇੰਤਜ਼ਾਮ ਕੀਤਾ ਤੇ ਕਈ ਹਥਿਆਰ ਮੰਗਵਾਏ ਇਸ ਦਿਨ ਐਲਾਨੇ ਜਾਣਗੇ 10ਵੀਂ 12ਵੀਂ ਜਮਾਤ ਦੇ ਨਤੀਜੇ ਜੀ ਹਾਂ ਦੋਸਤੋ CBSE ਅਤੇ ICSE ਦੇ ਵੱਲੋਂ ਪਿਛਲੇ ਹਫਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਕੀਤੇ ਜਾਣ ਤੋਂ ਬਾਅਦ PSEB ਦੇ ਵਿਦਿਆਰਥੀ ਆਪਣੇ ਨਤੀਜੇ ਐਲਾਨ ਜਾਣ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਣ ਤੇ PSEB ਦੇ ਨਤੀਜੇ ਸੰਬੰਧੀ ਮਹੱਤਵਪੂਰਨ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕਰਜ ਮਹਿਰੂਕ ਨੇ ਦੱਸਿਆ ਹੈ ਕਿ ਪੀਐਸਈਬੀ ਦੇ ਵੱਲੋਂ 26 ਮਈ ਸ਼ੁੱਕਰਵਾਰ ਤੱਕ 12ਵੀਂ ਜਮਾਤ ਦਾ ਨਤੀਜਾ ਐਲਾਨ ਕਰ ਦਿੱਤਾ ਜਾਵੇਗਾ ਤੇ ਮਹਿਰੂਕ ਨੇ ਦੱਸਿਆ ਕਿ ਬੋਰਡ ਦੀਆਂ ਟੀਮਾਂ ਨਤੀਜਾ ਤਿਆਰ ਕਰਨ ਲਈ ਦਿਨ ਰਾਤ ਕੰਮ ਕਰੀਆਂ ਤੇ ਉਨ੍ਹਾਂ ਦੱਸਿਆ ਕਿ 10ਵੀਂ ਦਾ ਨਤੀਜਾ 12ਵੀਂ ਤੋਂ 2 ਦਿਨ ਬਾਅਦ ਐਲਾਨ ਕੀਤਾ ਜਾਵੇਗਾ ਤਰਨਤਾਰਨ ਤੋਂ ਵੱਡੀ ਖਬਰ ਨਜੀਆ ਹਸਪਤਾਲ ਦੇ ਬਾਹਰ ਹਥਿਆਰਬੰਦਾਂ ਨੇ ਨਵੀਂ ਬਣਾਣੇ ਕੀਤੀ ਪੰਨ ਤੋੜਾ ਸਟਾਫ ਨੂੰ ਘਟਿਆ ਮਰੀਜ਼ ਵੀ ਨਹੀਂ ਬਖਸ਼ੇ ਤਰਨਤਾਰਨ ਨੇੜਲੇ ਚੰਬਾਲ ਦੇ 41 ਹਸਪਤਾਲ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਸਾਹਮਣੇ ਆਇਆ ਤੇ ਇਥੇ ਕੰਮ ਕਰਨ ਵਾਲੇ ਇੱਕ ਸਟਾਫ ਮੈਂਬਰ ਨੇ ਹੀ ਆਪਣੇ ਦੋਸਤਾਂ ਦੇ ਨਾਲ ਰਲ ਕੇ ਹਸਪਤਾਲ ਦੇ ਵਿੱਚ ਭਾਰੀ ਪੰਨ ਤੋੜ ਵੀ ਕੀਤੀ। ਇਹ ਸਾਰੀ ਵਾਰਦਾਤ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਆ 10 ਤੋਂ 12 ਹਥਿਆਰਬੰਦ ਨੌਂ ਬੰਨ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ ਹਸਪਤਾਲ ਦੇ ਵਿੱਚ ਤੇ ਧਾਰ ਹਥਿਆਰਾਂ ਦੇ ਨਾਲ ਆਉਂਦੇ ਹਨ ਤੇ ਹਸਪਤਾਲ ਦੇ ਵਿੱਚ ਭਾਰੀ ਪੰਨ ਤੋੜ ਕਰਦੇ ਹਨ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਆ ਹਸਪਤਾਲ ਦੇ ਇੱਕ ਸਟਾਫ ਮੈਂਬਰ ਦਾ ਹੀ ਇਸ ਵਿੱਚ ਹੱਥ ਆ ਤੇ ਉਸ ਨੇ ਆਪਣੇ ਦੋਸਤਾਂ ਦੀ ਮਦਦ ਦੇ ਨਾਲ ਹਸਪਤਾਲ ਦੇ ਵਿੱਚ ਕਟਮਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਹਸਪਤਾਲ ਦੇ ਵਿੱਚ ਪੰਨ ਤੋੜਾ ਕੀਤੀ ਹਸਪਤਾਲ ਦੇ ਸਟਾਫ ਦੇ ਵੀ ਤੇ ਧਾਰ ਹਥਿਆਰ ਦੇ ਨਾਲ ਕਟਮਾਰ ਕੀਤੀ ਗਿਆ ਹਸਪਤਾਲ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਆਪਣੇ ਸਾਥੀਆਂ ਨੂੰ ਲੈ ਕੇ ਕੀਤੇ ਗੁੰਡਾਗਰਦ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਕਟਮਾਰ ਵੀ ਕੀਤੀ ਗਈ ਤੇ ਪੁਲਿਸ ਤੋਂ ਕਾਰਵਾਈ ਦੀ ਮੰਗ ਹੁਣ ਕੀਤੀ ਜਾ ਰਹੀ ਹੈ ਹੁਣ ਹੈ ਕਈ ਸਰਕਾਰੀ ਦਫ਼ਤਰ ਬੰਦ ਕਰ ਦੇਾਂਗੇ ਸਾਰੇ ਕੰਮ ਪੂਨਾ ਤੇ ਹੋਣਗੇ ਸੀਐਮ ਭਗਵੰਤ ਮਾਨ ਸੀਐਮ ਭਗਵੰਤ ਮਾਨ ਕੱਲ ਸੰਗਰੂਰ ਪਹੁੰਚਿਆ ਤੇ ਅਧਿਰਾਨ ਉਹਨਾਂ ਨੇ ਦਰਬਾਰ ਵਿੱਚ ਕਰਵਾਏ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਤਹਿਸੀਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਤੇ ਅਧਿਰਾਨ ਸੀਐਮ ਭਗਵੰਤ ਮਾਨ ਦੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹੋਰ ਮੰਤਰੀ ਅਤੇ ਵਿਧਾਇਕ ਵੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਤੇ ਉਹਨਾਂ ਦਾ ਕਹਿਣਾ ਹੈ ਕਿ ਕਈ ਸਰਕਾਰੀ ਦਫ਼ਤਰ ਬੰਦ ਕਰ ਦੇਾਂਗੇ ਤੇ ਸਾਰੇ ਕੰਮ ਪੂਨਾ ਤੇ ਹੋਣਗੇ ਉਨਾ ਦਾ ਕਹਿਣਾ ਹੈ ਕਿ ਜਨਤਾ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਆਉਣਾ ਨਹੀਂ ਦੇਵਾਂਗੇ। ਅਗਲੀ ਖਬਰ ਆ, ਭਾਜਪਾ ਨਹੀਂ ਕਰੇਗੀ ਅਕਾਲੀ ਦਲ ਦੇ ਨਾਲ ਗੱਠਜੋੜ, ਇਕੱਲੇ ਹੀ 13 ਸੀਟਾਂ ਤੇ ਚੋਣਾਂ ਲੜਨ ਦਾ ਕੀਤਾ ਵੱਡਾ ਫੈਸਲਾ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦੀਆਂ ਅਟਕਲਾਂ ਦਾ ਭੁਗ ਪੈ ਗਿਆ ਹੈ ਤੇ ਭਾਜਪਾ ਹੁਣ ਅਕਾਲੀ ਦਲ ਦੇ ਨਾਲ ਹੱਥ ਮਿਲਾਉਣ ਦੇ ਲਈ ਤਿਆਰ ਨਹੀਂ ਹੈ। ਪਾਈਪਾ ਦੇ ਕਾਰਜਕਾਰਨੀ ਕਮੇਟੀ ਦੇ ਮੀਟਿੰਗ 21 ਮਈ ਨੂੰ ਸੰਗਰੂਰ ਵਿੱਚ ਹੋਈ ਅਤੇ ਇਸ ਤਹਿਤ ਪੰਜਾਬ ਭਾਈਪਾਣ 2024 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦਾ ਵੱਡਾ ਫੈਸਲਾ ਕੀਤਾ ਹੈ ਅਤੇ ਇਸ ਦੇ ਲਈ ਪੰਜਾਬ ਭਾਈਪਾ ਦੇ ਸੁਭਾ ਪ੍ਰਧਾਨ ਅਸ਼ਬਨੀ ਸ਼ਰਮਾ ਨੇ ਸਾਰੀਆਂ 13 ਸੀਟਾਂ ਦੇ ਹਰੇਕ ਵਰਕਰ ਨੂੰ ਸਖਤ ਮਿਹਨਤ ਕਰਨ ਲਈ ਵੀ ਕਿਹਾ ਹੈ ਸੂਤਰਾਂ ਤੋਂ ਆਰੀ ਖਬਰ ਦੇ ਮੁਤਾਬਕ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਆ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਬਾਰੇ ਵੀ ਕੁਝ ਵੱਡਾ ਐਲਾਨ ਕੀਤਾ ਜਾ ਸਕਦਾ ਹੈ